ਸੋ ਉਹਨਾਂ ਨੂੰ ਅਣਜਾਣਪੁਣੇ ਨਾਲ ਹੋ ਗਿਆ ਜਾਂ ਉਹ ਆਪਣੇ ਧਰਮ ਦੇ ਪੂਰਾ ਗਿਆਨ ਨਹੀਂ ਸੀ, ਇਸ ਕਰਕੇ ਉਹਨਾਂ ਨੇ ਇਹ ਗਲਤੀ ਕੀਤੀ ਸੀ। ਸੋ ਮੈਂ ਸਮਝਦਾ ਚੰਗਾ ਹੋ ਗਿਆ ਕਿ ਅਸੀਂ ਇਹ ਸੁਣ ਕਮੇਟੀ ਵੱਲੋਂ ਸਾਰਾ ਇਹ ਮੁੱਦਾ ਉਠਾਇਆ ਸੀ, ਪੇਸ਼ ਕੀਤਾ ਸੀ, ਉਹਨਾਂ ਨੇ ਸਾਰਾ ਉਹ ਆਪਣਾ ਮੁੱਦਾ ਉਠਾ ਤਾ, ਠੀਕ ਕਰਤਾ। ਸੋ ਮੈਂ ਸਮਝਦਾ ਕਿ ਇਸ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਸਿੱਖ ਧਰਮ ਬਾਰੇ ਵੀ ਅਸੀਂ ਉਹ ਵਾਲੇ ਸਮੇਂ ਸੋਚਦੇ ਹਾਂ ਕਿ ਮੈਂ ਸਾਰੇ ਗੁਰੂ ਗੁਰਦੁਆਰਿਆਂ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਹੈ ਉਹ ਸਾਰੇ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਡੇ ਧਰਮ ਪ੍ਰਚਾਰ ਕਰਨ ਵੀ ਕਹੋਗੇ, ਭਾਵੇਂ ਸਿੰਧੀ ਨੇ ਭਾਵੇਂ ਕੋਈ ਹੋਰ ਵਿਸ਼ੇਸ਼ ਤੌਰ 'ਤੇ ਉੱਥੇ ਉਹਨਾਂ ਕੋਲ ਜਾ ਕੇ ਸਾਰੀ ਸਾਡੇ ਧਰਮ ਬਾਰੇ, ਸਾਡੇ ਧਰਮ ਦੀਆਂ ਮਰਿਆਦਾ ਬਾਰੇ, ਮਰਿਆਦਾ ਨੇ ਸਾਡੀਆਂ ਇਹਨਾਂ ਬਾਰੇ ਸਾਰੀ ਜਾਣਕਾਰੀ ਦੇ ਇੱਕ ਜਗ੍ਹਾ ਪਤਾ ਵਿਚਾਰ ਕਰ ਲੈਣੇ ਜੀ, ਉਹ 'ਤੇ ਜੇ ਕੋਈ ਡਿਮਾਂਡ ਕੱਢਗੇ ਤਾਂ ਉਹ 'ਤੇ ਅਸੀਂ ਵਿਚਾਰ ਕਰ ਲਾਂਗੇ, ਕਿਉਂਕਿ ਪੂਰਾ ਸਹਿਯੋਗ ਦੇ ਵੀ ਸੁਣੋ ਕਮੇਟੀ ਜੋ ਮਰਿਆਦਾ ਅਨੁਸਾਰ ਰਹਿ ਕੇ ਕੋਈ ਵੀ ਗੱਲ ਬਣਦੀ ਹੈ ਉਹਦੇ ਤਾਂ ਵਿੱਚ ਪੂਰਾ ਸਹਿਯੋਗ ਦਿੱਤਾ ਜਾਂਦਾ। ਜਿਹੜੀ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਜੋੜੀ ਆ, ਜਿਹਦੀ ਹੁਣ ਤੁਸੀਂ ਕਿਹਾ ਵੀ ਸੇਵਾ ਫਿਰ ਪਹਿਲੇ ਰੂਪ 'ਚ ਨੂੰ ਦੇਵਾਂਗੇ, ਉਹ ਕਦੋਂ ਤੋਂ ਸ਼ੁਰੂ ਕੀਤੀ ਜਾ ਰਹੀ ਹੈ? ਉਹ ਜਲਦੀ ਤੋਂ ਜਲਦੀ ਕਰਾਂਗੇ ਜੀ, ਸਾਰੇ ਮਾਰਾਂ ਦੀ ਮੀਟਿੰਗ ਹੋਈ ਗੁਣ ਕਮੇਟੀ ਦੀ ਹੋਈ ਹੈ, ਇਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਸਾਰੇ ਸਾਡੇ ਸਾਰਿਆਂ ਨੂੰ ਉਹ ਜਲਦ ਤੋਂ ਜਲਦੀ ਜਿੰਨੀ ਜਲਦੀ ਛੇਤੀ ਹੋ ਸਕੇ ਉਹਦੀ ਜਿਹੜੀ ਹੈ ਉਹ ਉੱਥੋਂ ਦੀ ਕਾਰ ਸੇਵਾ ਜਿਹੜੀ ਸ਼ੁਰੂ ਕਰਵਾਈ ਜਾਵੇ। ਘਟਨਾ ਵਾਪਰੀ ਹੈ, ਸਿੱਖਰ ਦੇ ਬਲੂਦਰੇ ਜਾਂਦੇ ਨੇ ਹਰ ਸਾਲ, ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਘੱਲੂਘਾਰਾ ਦਿਵਸ ਮਨਾਉਂਦੇ ਹਾਂ, ਸਾਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਇਹ ਸਾਰਾ ਇਹ ਘੱਲੂਘਾਰਾ ਦਿਵਸ ਮਨਾਉਣਾ ਚਾਹੀਦਾ। ਕੁਝ ਲੋਕ ਅਕਾਲ ਤਖਤ ਸਾਹਿਬ ਤੇ ਨਾਰੇਬਾਜ਼ੀ ਭੁੱਲ ਜਾਂਦੇ ਜੀ, ਸ਼ਰਧਾ ਦੇ ਵਿੱਚ ਸਤਿਕਾਰ ਭੁੱਲਦੀਆਂ ਨੇ, ਇਹਦੇ ਸਤਿਕਾਰ ਰੱਖਣ ਦੇ ਕੋਈ ਨਾਰੇਬਾਜ਼ੀ ਜਾਂ ਉੱਥੇ ਨੀਂਹ ਹੋਣੀ ਚਾਹੀਦੀ, ਉਦੋਂ ਉਹਦਾ ਜਾਪ ਵੀ ਹੋਣਾ ਚਾਹੀਦਾ, ਉਹਨਾਂ ਦੇ ਆਪਾਂ ਅਰਦਾਸ ਹੀ ਸਤਿਗੁਰੂ ਕੇ ਕਰਦੇ ਹਾਂ, ਅਰਦਾਸ ਵਿੱਚ ਸਾਰਿਆਂ ਨੂੰ ਸ਼ਾਮਲ ਹੋਣਾ ਚਾਹੀਦਾ ਵੀ ਸਤਿਕਾਰ ਸਾਹਿਤ ਨਾਲ, ਐਸੀ ਕੋਈ ਇਹ ਗੱਲ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕੋਈ ਗਲਤ ਮੈਸੇਜ ਲੋਕ ਸਿੱਖ ਕੌਮ ਦੇ ਵਿੱਚ ਜਾਵੇ। ਸਾਰਿਆਂ ਨੂੰ ਬੜੀ ਸ਼ਾਂਤੀ ਨਾਲ ਰਹਿ ਕੇ, ਭਾਵਨਾ ਦੇ ਨਾਲ ਰਹਿ ਕੇ ਸਾਨੂੰ ਸਾਰਿਆਂ ਨੂੰ ਬੜੀ ਸ਼ਾਮਲ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਿਹੜੀ ਸਿੱਟ ਬਣਾਈ ਸੀਗੀ, ਅੱਜ ਕੁਛ ਖਬਰਾਂ ਹੈਗੀਆਂ ਉਹਦੇ ਵਿੱਚ ਬਾਦਲ ਸਾਹਿਬ ਦਾ ਨਾਮ ਵੀ ਐਡ ਕੀਤਾ ਗਿਆ ਸੁਖਬੀਰ ਜੀ ਦਾ, ਔਰ ਕੁਝ ਹੋਰ ਵੀ ਨਾਮ ਇਸ ਤਰ੍ਹਾਂ ਐਡ ਕਰਦੇ ਹਨ। ਮੈਂ ਉਹਦੇ ਬਾਰੇ ਨਹੀਂ ਕਹਿ ਰਿਹਾ, ਉਹ ਸਾਰਾ ਪੋਲੀਟੀਕਲ ਗੱਲਾਂ ਹੈਗੀਆਂ ਚੱਲਦੀਆਂ ਨੇ, ਸਾਡਾ ਉਹਦੇ ਨਾਲ ਤਲਕਤ ਨਹੀਂ, ਸਿੱਧਾ ਧਾਰਮਿਕ ਹੀ ਆਪਾਂ ਗੱਲ ਕਰ ਸਕਦੇ। ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਸਕੂਲਾਂ ਕਾਲਜਾਂ ਦੇ ਬੱਚੇ ਨੇ ਜਿਹੜੇ ਹੁਣ ਛੁੱਟੀਆਂ ਦੇ ਵਿੱਚ ਜੂਨ ਦੇ ਵਿੱਚ ਗੁਰਮਤਿ ਟ੍ਰੇਨਿੰਗ ਕੈਂਪ ਲਾਏ ਜਾਣਗੇ, ਅਤੇ ਫਿਰ 1,00,000 ਬੱਚਾ ਜਿਹੜਾ ਹੈ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਸ਼ਾਮਲ ਕਰਾਂਗੇ। ਗੁਰਮਤਿ ਇਤਿਹਾਸ ਬਾਰੇ, ਗੁਰਮਤਿ ਬਾਰੇ, ਬਾਣੀ ਬਾਰੇ, ਔਰ ਸਾਰੀ ਉਹਨਾਂ ਨੂੰ ਜਿਹੜੀ ਹੈ ਜਾਣਕਾਰੀ ਅਤੇ ਸਿੱਖਿਆ ਦਿੱਤੀ ਜਾਊਗੀ। ਕਿੱਥੇ ਕਿੱਥੇ ਲੱਗਣਗੇ ਪ੍ਰਧਾਨ ਜੀ ਕੈਂਪ? ਉਹ ਅਸੀਂ ਅੱਜ ਡਿਟੇਲ ਪ੍ਰੋਗਰਾਮ ਬਣਾ ਦਿੰਦੇ ਹਾਂ, ਸਾਰੇ ਹੀ ਲੱਗਣਗੇ, ਸਾਰੇ ਦੇਸ਼ ਦੇ ਵਿੱਚ ਹੀ ਲਾਵਾਂਗੇ ਜਿੱਥੇ ਵੀ ਸਾਡੇ ਹੈਗੇ ਨੇ। ਜਿੱਥੇ ਜਿੱਥੇ ਮਿਸ਼ਨ ਚੱਲਦੇ, ਮਿਸ਼ਨ ਸਕੂਲ ਅੱਗੇ ਤੋਂ ਸਾਰਾ ਸਿੱਖਿਆ ਹੈ, ਸਾਡੀ ਕਮੇਟੀ ਬਣਾਈ ਹੈ, ਬੇਨਤੀਆਂ ਕੀਤੀਆਂ ਗਈਆਂ ਨੇ ਵੀ ਇਹਦਾ ਪੂਰਾ ਧਿਆਨ ਰੱਖਣਾ ਚਾਹੀਦਾ ਸਾਨੂੰ, ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਜਿੱਥੇ ਆਪਾਂ ਪਲਾਸਟਿਕ ਦੇ ਪੱਖੇ ਲਾ ਦੇਣਾ ਜਾਂ ਕੋਈ ਇਸ ਦੀਆਂ ਬੜੀ ਧਿਆਨ ਯੋਗ ਗੱਲਾਂ ਨੇ ਕਿਤੇ ਰੋਕਣ ਦੀ ਹੈ। ਪਿਛਲੀ ਵਾਰੀ ਮੈਂ ਕਾਫੀ ਯਤਨ ਕੀਤਾ, ਥੋੜਾ ਜਿਹਾ ਇਹਦੇ ਵਿੱਚ ਸਫਲ ਵੀ ਹੋਏ, ਕਾਫੀ ਟਾਈਮ 'ਚ ਲੋਕਾਂ ਵਿਚਾਰ ਵੀ ਕੀਤਾ ਵੀ ਵੱਖੋ ਵੱਖਰੇ ਗੁਰਦੁਆਰੇ ਜ਼ਿਆਦਾ ਨਹੀਂ ਹੋਣੇ ਚਾਹੀਦੇ, ਇੱਕ ਤਾਂ ਜਾਤਾਂ ਬਰਾਦਰੀਆਂ ਦੇ ਜਵਾਨ ਲੋਕ ਖਤਮ ਹੋਣੇ ਚਾਹੀਦੇ, ਇੱਕੋ ਗੁਰਦੁਆਰਾ ਇੱਕੋ ਵੀ ਉਹਨੂੰ ਬੜੇ ਸਨਮਾਨ ਨਾਲ ਵਧੀਆ ਸਤਿਕਾਰ ਨਾਲ ਉੱਥੇ ਆਪਾਂ ਸਾਰਾ ਕਰ ਸਕਦੇ ਹਾਂ, ਥਾਂ ਥਾਂ 'ਤੇ ਗੁਰਦੁਆਰੇ ਬਣਾਉਣੇ ਨਹੀਂ ਚਾਹੀਦੇ ਅਤੇ ਗੁਰਦਾ ਸਤਿਕਾਰ ਵੀ ਨਹੀਂ ਉਹਨਾਂ ਮਿਲਦਾ। ਅਸੀਂ ਹੋਰ ਵੀ ਆਉਣ ਵਾਲੇ ਸਮੇਂ 'ਚ
ਇਹਦੇ ਲਈ ਜਿਹੜਾ ਜਾਗਰੂਕ ਮੰਗ ਵੀ